ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੰਮ੍ਰਿਤਮਈ ਉਸਤਤ ਕਰਦਿਆਂ ਹੋਇਆਂ ਅਸੀਂ ਜਦੋਂ ਵਿਦਵਾਨਾਂ ਦੀਆਂ ਕਲਮਾਂ ਨੂੰ ਦੇਖਦੇ ਹਾਂ ਤੇ ਹੈਰਾਨ ਹੋ ਜਾਈਦਾ ਹੈ ਕਿ ਇੰਨਾ ਕੁ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਤਾਰੀਫ ਉਸਤਤ ਕੀਤੀ ਉਹਨਾਂ ਵਿਦਵਾਨਾਂ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰ ਦਾ ਸਾਨੀ ਕੋਈ ਉਹਨਾਂ ਨੂੰ ਦੂਸਰਾ ਨਜ਼ਰ ਹੀ ਨਹੀਂ ਆਇਆ। ਅੱਲਾ ਯਾਰ ਖਾਂ ਜੋਗੀ ਦਾ ਇੱਕ ਬਚਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਡਿਆਈ ਵਿੱਚ, ਇਨਸਾਫ ਕਰੇ ਅਗਰ ਜ਼ੀ ਮੇ ਜ਼ਮਾਨਾ ਤੋ ਕਹਿ ਦੋ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਾ ਕੋਈ ਸਾਨੀ ਹੀ ਨਹੀਂ। ਹੁਣ ਮਨ ਵਿੱਚ ਆਉਂਦਾ ਹੈ ਕਿ ਇਹ ਗੱਲ ਕਿਉਂ ਕਹੀ ਕਿ ਗੁਰੂ ਗੋਬਿੰਦ ਸਿੰਘ ਜੀ ਕਾ ਕੋਈ ਸਾਨੀ ਨਹੀਂ। ਕਹਿੰਦੇ ਨੇ ਇੱਕ ਵਾਰ ਕਿਸੇ ਸੱਜਣ ਨੇ ਘਟਨਾ ਲਿਖੀ ਕਿ ਪਰਮਾਤਮਾ ਦੇ ਘਰ ਵਿੱਚ ਪੀਰ ਪੈਗੰਬਰ ਅਵਤਾਰ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉੱਥੇ ਮੌਜੂਦ ਨੇ। ਪਰਮਾਤਮਾ ਨੇ ਉਹਨਾਂ ਨੂੰ ਕਿਹਾ ਕਿ ਅਲੱਗ ਅਲੱਗ ਪੰਡਾਂ ਭਰੀਆਂ ਹੋਈਆਂ ਨੇ, ਤੁਸੀਂ ਕਿਹੜੀ ਕਿਹੜੀ ਪੰਡ ਨੂੰ ਚੁੱਕਣਾ ਪਸੰਦ ਕਰੋਗੇ? ਕਿਸੇ ਪੰਡ ਦੇ ਉੱਤੇ ਸੁੱਖ ਲਿਖਿਆ ਹੈ, ਕਿਸੇ ਦੇ ਉੱਤੇ ਸ਼ੌਹਰਤ ਲਿਖੀ ਹੋਈ ਹੈ, ਕਿਸੇ ਦੇ ਉੱਤੇ ਰਾਜ ਪਦਵੀਆਂ ਲਿਖਿਆ ਹੈ, ਕਿਸੇ ਦੇ ਉੱਤੇ ਰਾਸ ਆਦਿਕ ਲਿਖਿਆ ਹੈ, ਲੇਕਿਨ ਇੱਕ ਪੰਡ ਐਸੀ ਹੈ ਜਿਸ ਨੂੰ ਕਿਸੇ ਨੇ ਨਹੀਂ ਚੁੱਕਿਆ। ਉਸ ਪੰਡ ਦਾ ਨਾਮ ਹੈ ਦੁੱਖ। ਜਦੋਂ ਉਸ ਪੰਡ ਨੂੰ ਕਿਸੇ ਨੇ ਚੁੱਕਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਅਕਾਲ ਪੁਰਖ, ਇਹ ਦੁੱਖ ਵਾਲੀ ਪੰਡ ਮੇਰੇ ਹਿੱਸੇ ਦੇ ਦਿਓ, ਇਸ ਪੰਡ ਨੂੰ ਮੈਂ ਸਿਰ 'ਤੇ ਚੁੱਕਣਾ ਵਾਂ। ਅਕਾਲ ਪੁਰਖ ਨੇ ਕਿਹਾ, ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ, ਤੁਸੀਂ ਪੰਡ ਤਾਂ ਚੁੱਕ ਲਓਗੇ, ਪਰ ਇੱਕ ਚੀਜ਼ ਚੇਤੇ ਰੱਖਿਓ, ਜਦੋਂ ਵੀ ਇਸ ਪੰਡ ਨੂੰ ਖੋਲੋਗੇ, ਦੁੱਖਾਂ ਤੋਂ ਸਿਵਾਏ ਇਸ ਵਿੱਚੋਂ ਕੁਝ ਨਿਕਲਣਾ ਹੀ ਨਹੀਂ। ਮਹਾਰਾਜ ਕਹਿਣ ਲੱਗੇ, ਮੈਨੂੰ ਮਨਜ਼ੂਰ ਹੈ। ਦੂਸਰੀ ਗੱਲ ਅਕਾਲ ਪੁਰਖ ਨੇ ਕਹੀ ਗੁਰੂ ਗੋਬਿੰਦ ਸਿੰਘ ਜੀ ਨੂੰ, ਕਹਿਣ ਲੱਗੇ, ਮੈਨੂੰ ਇੱਕ ਬਚਨ ਦਿਓ, ਜਦੋਂ ਇਹ ਪੰਡ ਖੋਲੋ, ਜਿੰਨਾ ਮਰਜ਼ੀ ਵੱਡਾ ਦੁੱਖ ਨਿਕਲੇ, ਪਰ ਕਦੀ ਵੀ ਤੁਹਾਡੇ ਮੁੱਖ ਦੇ ਵਿੱਚੋਂ ਸ਼ਿਕਵਾ, ਗਿਲਾ ਅਤੇ ਅੱਖ ਦੇ ਵਿੱਚੋਂ ਅੱਥਰੂ ਨਹੀਂ ਨਿਕਲੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਕਹਿੰਦੇ ਨੇ, ਪਿਤਾ ਪਰਮਾਤਮਾ, ਮੈਂ ਬਚਨ ਦਿੰਦਾ ਹਾਂ, ਦੁੱਖ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ, ਪਰ ਤੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਦੇ ਮੂੰਹ ਵਿੱਚੋਂ ਕਦੀ ਤੇਰੇ ਲਈ ਸ਼ਿਕਵਾ ਔਰ ਅੱਖ ਵਿੱਚੋਂ ਕਦੀ ਅੱਥਰੂ ਨਹੀਂ ਨਿਕਲੇਗਾ। ਸੱਚ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਪੰਡ ਆਪਣੇ ਸਿਰ 'ਤੇ ਚੁੱਕੀ, ਜੇ ਪਿਤਾ ਦਾ ਸੀਸ ਆਇਆ ਤਾਂ ਵੀ ਆਪਣੇ ਮੁੱਖ ਤੋਂ ਸ਼ਿਕਵਾ ਨਹੀਂ ਕੀਤਾ, ਜੇ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘੇ ਅਤੇ ਵੀ ਅੱਖ ਨਮ ਨਹੀਂ ਕੀਤੀ, ਅਤੇ ਜੇ ਛੋਟੇ ਪੁੱਤਰਾਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸੁਣਿਆ ਤਾਂ ਵੀ ਅੰਦਰ ਨਹੀਂ ਦੁਖੀ ਹੋਣ ਦਿੱਤਾ। ਹਕੀਕਤ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਦੂਜਾ ਸਾਨੀ ਹੈ ਹੀ ਨਹੀਂ। ਆਓ ਉਸ ਮਹਾਨ ਅਗੰਮੀ ਸਤਿਗੁਰ ਦੇ ਬੱਚਿਆਂ ਦੇ ਪਰਿਵਾਰ ਦੇ ਖਾਲਸੇ ਦੀ ਸ਼ਹਾਦਤ ਨੂੰ ਸਮਰਪਿਤ ਅਸੀਂ ਗੁਰਦੁਆਰਾ ਬਿਉਨਾ ਪਾਰਕ ਸਿੰਘ ਸਭਾ ਵਿਖੇ 20 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਇੱਕ ਸ਼ਹੀਦੀ ਦੀ ਲੜੀ ਆਰੰਭ ਕਰਨ ਲੱਗੇ ਹਾਂ। ਇਸ ਸਮੇਂ ਵਿੱਚ ਪਹੁੰਚ ਕੇ ਸ਼ਾਮਾਂ ਦੇ ਦੀਵਾਨਾਂ ਵਿੱਚ ਆਪਣੇ ਮਹਾਨ ਸਤਿਗੁਰ ਦੇ ਗੌਰਵਮਈ ਇਤਿਹਾਸ ਨੂੰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।